ਤੇ ਸਰਕਾਰ ਨੇ ਜਿਹੜਾ ਸਭ ਤੋਂ ਪਹਿਲਾ ਫੈਸਲਾ ਲਿਆ ਸੀ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਸ਼ੁਰੂ ਕੀਤੀ ਹੈ ਉਸ ਦੇ ਤਹਿਤ ਰਿਸ਼ਵਤ ਲੈਣ ਵਾਲੀ ਇੱਕ ਕਲਰਕ ਨੂੰ ਜਲੰਧਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਤਹਿਸੀਲ ਦਫ਼ਤਰ ਦੀ ਸੇਲ ਬ੍ਰਾਂਚ ਦੇ ਵਿੱਚ ਕੰਮ ਕਰਨ ਦੀ ਮਹਿਲਾ ਕਲਰਕ ਦਾ ਨਾਮ ਮੀਨੂ ਹੈ। ਵਿਜੀਲੈਂਸ ਵਿਭਾਗ ਦੇ ਸੂਤਰਾਂ ਤੋਂ ਮੇਰੀ ਜਾਣਕਾਰੀ ਦੇ ਮੁਤਾਬਿਕ ਓਂਗੀਪਿੰਡ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਤੇ ਉਸ ਦੀ ਧੀ ਨੂੰ ਨੌਕਰੀ ਦਿਵਾਉਣ ਦੇ ਲਈ ਕਲਰਕ ਮੀਨੂ ਨੇ ਉਸ ਤੋਂ 3.5 ਲੱਖ ਰੁਪਏ ਦੀ ਮੰਗ ਕੀਤੀ ਸੀ। ਤੇ सुरेंद्र कुमार ਕਾਫੀ سارے ਪੈਸੇ ਦੇ ਚੁੱਕਿਆ ਕੁਝ ਉਸਨੇ ਬੈਂਕ ਖਾਤੇ ਵਿੱਚ ਪਾਏ ਸੀ ਤੇ ਕੁਝ ਨਕਦ ਫੜਾਏ ਸੀ ਤੇ सुरेंद्र ਨੇ 23 ਮਾਰਚ ਨੂੰ ਜਿਸ ਦਿਨ ਭ੍ਰਿਸ਼ਟਾਚਾਰ ਰੋਕੂ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਉਸ ਦਿਨ ਇਹ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ ਤੇ ਮੁੱਖ ਮੰਤਰੀ ਦਫ਼ਤਰ ਨੇ ਸ਼ਿਕਾਇਤ ਤੇ ਕਾਰਵਾਈ ਕਰਨ ਲਈ 24 ਮਾਰਚ ਨੂੰ ਜਲੰਧਰ ਵਿਜੀਲੈਂਸ ਦੇ ਦਫ਼ਤਰ ਨੂੰ ਸੂਚਿਤ ਕੀਤਾ ਸਾਬਤ ਹੋਇਆ ਕਿ सुरेंद्र కుమార్ ਵੱਲੋਂ ਦਿੱਤੀ ਗਈ ਬੈਂਕ ਖਾਤਿਆਂ ਦੀ ਡਿਟੇਲ ਤੇ WhatsApp ਚੈਟਸ ਅਤੇ ਮੋਬਾਈਲ ਫੋਨ ਦੀ ਰਿਕਾਰਡਿੰਗ ਸਾਰੇ ਸਬੂਤ ਸੱਚੇ ਸਨ ਇਸ ਤੋਂ ਬਾਅਦ ਕਲਰਕ ਮੀਨੂ ਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਸੈਕਸ਼ਨ 7 ਦੇ ਤਹਿਤ ਕੇਸ ਦਰਜ ਕਰਕੇ ਉਸ ਨੂੰ ਨਿਆਂਖੇ ਹਿਰਾਸਤ ਵਿੱਚ ਭੇਜਿਆ ਗਿਆ।